ਵਿੱਚ ਨਹੀਂ ਹੈ ਅਤੇ ਮੈਂ ਆਪੇ ਬਈ ਕੰਮ ਕਾਜ ਕਰਨ ਜਾਣਾ ਹੁੰਦਾ ਹੈ ਅਤੇ ਲੇਟ ਹੋ ਜਾਂਦੀ ਹਾਂ। ਇਸ ਕਾਰਨ ਇਹ ਹੋਈ ਕਿ ਚਾਹੁੰਦੀ ਹਾਂ ਕਿ ਚਲੋ ਬੱਚਾ ਲੇਟ ਵੀ ਹੋ ਸਕਦਾ ਹੈ, ਕੋਈ ਐਸੀ ਗੱਲ ਨਹੀਂ ਹੈ, ਅਤੇ ਇਹ ਥੋੜ੍ਹੀ ਗੱਲ ਹੈ ਬੱਚਾ ਪੜ੍ਹਾਉਣ ਲਈ ਕਿੰਨਾ ਕੀਤਾ ਹੈ ਅਤੇ ਨਚਾਇਆ ਜੀ ਬੱਚੇ ਨੂੰ ਮਾਰੀ ਜਾਓ। ਅਤੇ ਕਹਿੰਦਾ ਵੀ ਉਹ ਸੋਰੀ ਮੰਗਦਾ ਗਿਆ ਮੇਰੇ ਕੋਲ ਆ ਕੇ ਗਲਤੀ ਹੋਈ ਹੈ ਮੇਰੇ ਕੋਲ ਆ ਕੇ ਨਹੀਂ ਕਰਨਾ ਹੈ ਅਤੇ ਮੈਂ ਆਪਣੀ ਮੈਂ ਕਿਹਾ ਮੈਂ ਕਰਨਾ ਕੀ, ਮੈਂ ਕਿਹਾ ਤੁਸੀਂ ਇੱਦਾਂ ਲੋਕ ਬੱਚੇ ਨੂੰ ਮਾਰਦੇ। ਮੈਂ ਜੀ ਮੈਂ ਕੋਈ 10 ਮਿੰਟ 15 ਮਿੰਟ ਕੋਈ ਲੇਟ ਆਇਆ ਸਕੂਲੇ, ਇਸ ਵਜ੍ਹਾ ਨਾਲ ਮੈਨੂੰ ਮਾਰਿਆ ਅਤੇ ਸਾਰੇ ਮਹੱਲਾ ਵਾਸੀ ਜਿਹੜੇ 250 ਬੰਦਾ ਉੱਥੇ ਇਕੱਠਾ ਹੋਇਆ ਸੀ ਉਹ ਸਾਰਿਆਂ ਨੇ ਕਿਹਾ ਜੀ ਇਹਨਾਂ ਨੂੰ ਸਿਵਲ ਹੋਸਪਿਟਲ ਪਹੁੰਚਾਓ। ਪਹਿਲੇ ਵੀ ਪ੍ਰਿੰਸੀਪਲ ਸਾਹਿਬ ਨੇ 1-2 ਬੱਚੇ ਨੂੰ ਮਾਰਿਆ ਅਤੇ ਸਾਰਿਆਂ ਦੀ ਮੰਗ ਹੈ, ਪੂਰੇ ਮਹੱਲਾ ਵਾਸੀਆਂ ਦੀ ਮੰਗ ਹੈ ਬਈ ਇਹਨੂੰ ਥਾਣੇ ਜਾ ਕੇ ਇਹਨਾਂ ਦੇ ਵਰਖਿਲਾਫ ਪੂਰਾ ਪੂਰਾ ਐਕਸ਼ਨ ਲਿੱਤਾ ਜਾਏ। ਮੈਂ ਸਰ ਸਕੂਲੇ ਜਾਣ ਲੱਗ ਰਹੀ, ਲੇਟ ਹੋ ਗਈ, ਮੰਮੀ ਰੋਟੀ ਨਾ ਲੱਗ ਰਹੀ, ਮੈਂ ਲੇਟ ਹੋ ਗਈ ਫਿਰ ਸਕੂਲੇ ਗਿਆ ਅਤੇ ਪ੍ਰਿੰਸੀਪਲ ਨੇ ਲੰਮੇ ਬਾਗਤ ਮੁੱਦਾ ਮਾਰੇ, ਛੱਪਲਾਂ ਪਾ ਦੀਆਂ, ਸੋਟੀਆਂ ਮਾਰੀਆਂ, ਰਾੜਾਂ ਮਾਰੀਆਂ। 7ਵੀਂ ਕਲਾਸ ਪਹਿਲਾਂ ਕੇ ਐਸ ਸੀ ਸਕੂਲ ਨਾਲ ਪਹਿਲੇ ਵੀ 2 ਜਣੇ ਦੀ ਬਾਹਾਂ ਤੋੜੀਆਂ, ਪ੍ਰਿੰਸੀਪਲ ਸਰ ਨੇ ਰਾੜਾ ਮਾਰਨਾ, ਇਹਨੂੰ ਸਸਪੈਂਡ ਕਰਵਾਉਣਾ। ਹਾਂ ਅੱਜ ਇੱਕ ਕੰਪਲੇਂਟ ਆਈ ਸਾਡੇ ਕੋਲ ਵੀ ਕੇ ਐਫ ਸੀ ਸਕੂਲ ਦਾ 7th ਕਲਾਸ 'ਚ ਪੜ੍ਹਦਾ ਬੱਚਾ, ਉਸਦੀ ਕੋਈ ਸਕੂਲ ਦੇ ਪ੍ਰਿੰਸੀਪਲ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਮੈਡੀਕਲ ਵੀ ਉਹਦਾ ਕਰਾਇਆ। ਕੰਪਲੇਂਟ ਆ ਗਈ ਹੈ ਸਾਡੇ ਕੋਲ ਅਤੇ ਅਸੀਂ ਉਸਦੀ ਜਾਂਚ ਕਰ ਰਹੇ ਹਾਂ। ਜੇਕਰ ਜਾਂਚ ਦੌਰਾਨ ਕੋਈ ਵੀ ਦੋਸ਼ੀ ਪਾਇਆ ਗਾ ਜਿਸਨੇ ਵੀ ਉਹਦੀ ਪਟਾਈ ਕੀਤੀ ਹੈ ਛੋਟੇ ਬੱਚੇ ਦੀ, ਅਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਉਹ ਉਸ 'ਤੇ ਐਕਸ਼ਨ ਕੀਤਾ ਜਾਵੇਗਾ।